ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਜਿਹੜਾ ਇਹ ਦੇਸ਼ ਵਿਆਪੀ ਆ ਜੰਦੋਲਨ ਚੱਲ ਰਿਹਾ ਕਿਸਾਨਾਂ ਮਜ਼ਦੂਰਾਂ ਤੇ ਆਮ ਪਰਤੀਆਂ ਦਾ ਉਹਦੇ ਨੂੰ ਕਾਮਜਾਬ ਕਰਨ ਲਈ ਵੱਡੇ ਪੱਧਰ ਤੇ ਪੂਰੇ ਪੰਜਾਬ ਵਿੱਚ ਯੋਗਦਾਨ ਪਾਇਆ ਜਾ ਰਿਹਾ तकरीबन 48 47 48 49 ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਵੀ ਇੰਨੇ ਥਾਵਾਂ ਤੇ तकरीबन 10 ਤੋਂ 12 ਜ਼ਿਲ੍ਹਿਆਂ ਵਿੱਚ ਜਾਮ ਲਾਏ ਜਾ ਰਹੇ ਆ ਸੋ ਇਹ ਜਿਹੜਾ ਅੰਦੋਲਨ ਆ ਇਹ ਖੇਤੀ ਦੇ ਤਿੰਨ ਕਾਨੂੰਨ ਰੱਦ ਕਰਾਉਣ ਲਈ ਬਿਜਲੀ ਸੋਧ ਬਿਲ ਵੀ ਸੋ ਵੀ ਤੇ ਪਰਾਲੀ ਦਾ ਆਰਡੀਨਸ ਉਹਨੂੰ ਇਹਦੋਂ ਕਹਾਂ ਸੀ ਨਾਹਰਾ ਲਾ ਰਹੇ ਆ ਵੀ ਕਾਰਪੋਰੇਟ ਕਾਰਪੋਰੇਟ ਪਜਾਓ ਤੇ ਦੇਸ਼ ਬਚਾਓ ਸੇ ਜੇ ਅਸੀਂ ਦੇਸ਼ ਦੇ ਵਿੱਚੋਂ ਭਾਰਤ ਨੂੰ ਬਚਾਉਣ ਲਈ ਤੇ ਇਹਦੋਂ ਕਹੱਕੇ ਚ ਭਾਰਤ ਦੀ ਖੇਤੀ ਨੂੰ ਬਚਾਉਣ ਲਈ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਵਾਪਸੀ ਢੇੜਾ ਦੇ ਦਿੰਨੇ ਆ ਤੇ ਭਾਰਤ ਦੇ ਲੋਕਾਂ ਦਾ ਵੱਡਾ ਫਾਇਦਾ ਹੋਊਗਾ ਇਹ 47 ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਕਹਿ ਲੋ ਆਜ਼ਾਦੀ ਦਾ ਦੂਜਾ ਅੰਦੋਲਨ ਕੀ ਇਹਦੀਆਂ ਮੰਗਾਂ ਨੇ ਵੀ ਖੇਤੀ ਜਿਹੜੀ ਆ ਉਹ ਲੋਕਾਂ ਲਈ ਬਣੇ ਖੇਤੀ ਦੀ ਜਿਹੜੀ ਉਪਜ ਆ ਉਹ ਸਵਾਮੀਨਾਥ ਦੇ ਕਮਿਸ਼ਨ ਦੀ ਰਿਪੋਰਟ ਨਾਲ ਭਾ ਦਿੱਤੇ ਜਾਣ ਸੋ ਇਹ ਤੋਂ ਕਾ ਕਰਜ਼ਾ ਕਿਸਾਨਾਂ ਦਾ ਖਤਮ ਕੀਤਾ ਜਾਵੇ ਬੇਰੋਜ਼ਗਰੀ ਦਾ ਅੱਡਾ 파ਰਥ ਉਹਨੂੰ ਸਮਾਪਤ ਕੀਤਾ ਜਾਵੇ ਤੇ ਇਹਦੇ ਨਾਲ ਨਾਲ ਜਿਹੜੀਆਂ ਹੋਰ ਲੋਕਾਂ ਦੇ ਸੁੱਖ ਸਦਾਵਾ ਉਹਦੇ ਉੱਲ ਧਿਆਨ ਦਿੱਤਾ ਜਾਵੇ ਸੋ ਇਹ ਤਰੀਕੇ ਨਾਲ ਜਿਹੜੇ ਆ ਪ੍ਰਕਾਸ਼ ਜਾਂ ਵੇੜਕੜ ਜੀ ਗੱਲਾਂ ਕਰ ਰਹੇ ਸੀ ਸਾਡੇ ਵੱਲੋਂ ਮਾਲ ਗੱਡੀਆਂ ਵਾਸਤੇ ਲਾਂਗਾ ਖੁੱਲਾਵਾ ਲੰਮੇ ਸਣਾ ਚੋ ਸੋ ਖਾਲੀ ਖਾਲੀ ਟਰੈਕਾਂ ਨੂੰ ਖਾਲੀ ਕਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਉਹ ਉੱਤਰ ਰੇਲਵੇ ਦੇ ਕੋ ਅਧਿਕਾਰੀ ਸਾਡੇ ਕੋ ਆ ਜੇ ਕਿਤੇ ਲੱਗਦਾ ਉਹਨੂੰ ਰੇਲ ਟ੍ਰੈਕ ਜਾਮ ਆ ਮਾਲ ਗੱਡੀ ਵਾਸਤੇ ਤੋ ਆ ਕੇ ਅਸੀਂ ਸਾਨੂੰ ਦੱਸ ਦਵੇ ਪੂਰੀ ਤਰ੍ਹਾਂ ਖਾਲੀ ਨੇ ਸੋ ਕੇਂਦਰ ਸਰਕਾਰ ਪੈਸੇਂਜਰ ਦਾ ਬਹਾਨਾ ਬਣਾ ਕੇ ਪੰਜਾਬ ਦੀ ਆਰਥਿਕ ਨਾਕੇਬੰਦੀ ਕਰ ਰਹੀ ਆ ਜੰਮੂ ਕਸ਼ਮੀਰ ਦਾ ਨੁਕਸਾਨ ਹੋਇਆ ਤੇ ਜਿਹੜੇ ਫੌਜੀ ਖਲੋਤੇ ਆ ਆਪਣੇ ਬਾਰਡਰਾਂ ਤੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸੋ ਕਿਉਂਕਿ ਫੌਜੀ ਸਾਡੇ ਪਰਿਵਾਰਾਂ ਚੋਂ ਆ ਇਹ ਤੋਂ ਘਾ ਰੇਲਵੇ ਵਾਲੇ ਜਿੰਨੇ ਕਰਮਚਾਰੀ ਸਾਡੇ ਪਰਿਵਾਰਾਂ ਚੋਂ ਆ ਰੇਲ ਸੰਪਤੀ ਸਾਡੀ ਆ ਸੋ ਉਹਨਾਂ ਨੂੰ ਖਰਾਬ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੋ ਪੰਜਾਬ ਦੇ ਕਿਸਾਨਾਂ ਨੇ ਨਹੀਂ ਰੇਲਾਂ ਡੱਕੀਆਂ ਹੋਈਆਂ ਇਹ ਮੋਦੀ ਸਰਕਾਰ ਦੀ ਅੜੀ ਨਾਲ ਡੱਕੀਆਂ ਹੋਈਆਂ ਵਾ ਤੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਸਾਡੀਆਂ ਮੰਗਾਂ ਨਹੀਂ ਮੰਨ ਲੇਦੇ ਭਾਰਤ ਸਰਕਾਰ ਬਜੇਦਿਆ ਵੀ ਸਾਡੇ ਕਾਨੂੰਨ ਠੀਕ ਨੇ ਪਰ ਸਾਨੂੰ ਕੋਈ ਉਹ ਤੱਥਾਂ ਨਾਲ ਦੱਸਦੇ ਨਹੀਂ ਹੈਗੇ ਵੀ ਉਹਨਾਂ ਦੇ ਕਾਨੂੰਨ ਕਿਸ ਰੂਪ ਵਿੱਚ ਠੀਕ ਨੇ ਜਿੱਥੇ ਵੀ ਕਾਰਪੋਰੇਟ ਘਰਾਣੇ ਗਏ ਨੇ ਪੂਰੀ ਦੁਨੀਆ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੇ ਲੁੱਟ ਮਚਾਈ ਆ ਕਿਤੇ ਵੀ ਲੋਕਾਂ ਦਾ ਫਾਇਦਾ ਨਹੀਂ ਕੀਤਾ ਸੋ ਹਾਰਸ ਰੱਖਾਂਗੇ ਮੋਦੀ ਸਰਕਾਰ ਪੂਰੇ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣੂਗੀ ਤੇ ਇਸ ਆਵਾਜ਼ ਨੂੰ ਸੁਣ ਕੇ ਉਹ ਖੇਤੀ ਦੇ ਤਿੰਨ ਕਾਨੂੰਨ ਵਾਪਸ ਲੈਣਗੇ ਕਿਸਾਨਾਂ ਵਾਸਤੇ ਦੂਜੀ ਕੋਈ ਆਪਸ਼ਨ ਨਹੀਂ ਹੈਗੀ ਜਾਂ ਤਾਂ ਸੰਘਰਸ਼ ਕਰਨ ਜਾਂ ਹਾਰ ਮੰਨਣ ਉਹ ਹਾਰ ਕਦੀ ਨਹੀਂ ਮੰਨਣਗੇ ਕਿਸਾਨ ਮਜ਼ਦੂਰ ਲਹਿਰ ਅੱਗੇ ਵਧੂਗੀ ਤਾਂ ਤੁਸੀਂ ਵੇਖੋਗੇ ਉਹ ਦਿਨ ਦੂਰ ਨਹੀਂ ਵੀ ਜਦਨ ਮੋਦੀ ਨੂੰ ਅਸੀਂ ਇਹ ਜਿਹੜੇ ਆ ਤਿੰਨ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਾਂਗੇ ਧੰਨਵਾਦ